समर्थन में शिक्षा मंत्री भूख हड़ताल पर बैठे हैं। नए कृषि कानून के विरोध में किसान संगठनों की भूख हड़ताल भी जारी है। किसानों की इस भूख हड़ताल में पंजाब में भी बड़े पैमाने पर समर्थन देखने को मिला है। प्रदेश में कई जगह पर किसान जथेबंदियां भूख हड़ताल पर बैठी हैं। मानसा में भी 5 किसान नए कृषि कानून के विरोध में भूख हड़ताल पर बैठ गए हैं। मानसा में किसान शाम 5 बजे तक भूख हड़ताल पर रहेंगे। किसान आज एक दिन किसान दिवस के तौर पर मना रहे हैं। किसान संगठनों ने कहा कि आज देश भर के किसानों के यहां दोपहर का खाना नहीं बनेगा। किसान आज दोपहर का खाना नहीं खाएंगे। मानसा में भी किसानों के आंदोलन को समर्थन मिला है। भूख हड़ताल पर बैठे हैं। एक दिन की भूख हड़ताल है। शाम 5 बजे तक भूख हड़ताल रहेगी और एक दिन एक वक्त का खाना ना खाने की अपील किसानों की तरफ से की गई थी। और किसानों ने भी ये कहा है कि वो एक दिन का जो आज के दिन है किसान दिवस में एक वक्त का खाना नहीं खाएंगे। ਬੰਦੀਆਂ ਦੇ ਸੱਦੇ ਦਿੱਤੇ ਅੱਜ ਸਾਰੇ ਹੀ ਜਿਹੜੇ ਪੰਜਾਬ ਦੇ ਵਿੱਚ ਜਿਹੜੀਆਂ ਭੁੱਖ ਹੜਤਾਲ ਦਾ ਜਿਹੜਾ ਸੱਦਾ ਸੀਗਾ ਉਹਦੇ ਤਹਿਤ ਅੱਜ ਮਾਨਸਾ ਦੇ ਵਿੱਚ ਸਾਂਝੇ ਮੋਰਚੇ ਵੱਲੋਂ ਜਿਹੜੀਆਂ 30 ਕਿਸਾਨ ਜਥੇਬੰਦੀਆਂ ਦਾ ਚੱਲ ਰਿਹਾ ਉਸੇ ਅਧੀਨ ਜਿਹੜੀ ਅੱਜ ਭੁੱਖ ਹੜਤਾਲ ਕੀਤੀ ਗਈ ਹੈ ਤਾਂ ਕਿ ਜਿਹੜੀ ਮੋਦੀ ਸਰਕਾਰ ਨੂੰ ਅਸੀਂ ਅਪੀਲ ਕਰ ਸਕੀਏ ਵੀ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਰੱਦ ਕੀਤਾ ਜਾਵੇ ਕਿਉਂਕਿ 26 ਨਵੰਬਰ ਤੋਂ ਜਿਹੜਾ ਕਿਸਾਨ ਅੰਦੋਲਨ ਦੇ ਵਿੱਚ ਡੁੱਟਿਆ ਹੋਇਆ ਅਤੇ ਜਿਹੜਾ ਅੱਜ ਇੱਕ ਅੰਦੋਲਨ ਜਨ ਅੰਦੋਲਨ ਲੋਕਾਂ ਦਾ ਅੰਦੋਲਨ ਬਣ ਚੁੱਕਿਆ ਵੀ ਸਾਡੇ ਹੌਸਲੇ ਦੀ ਹੋਰ ਪਰਖ ਨਾ ਕਰੇ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਅਸੀਂ ਮੋਦੀ ਸਰਕਾਰ ਨੂੰ ਸਾਡੀ ਇਹੀ ਅਪੀਲ ਹੈ ਵੀ ਜਲਦੀ ਤੋਂ ਜਲਦੀ ਜਿਹੜੇ ਕਾਨੂੰਨ ਬਣਾਏ ਨੇ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਲਗਾਤਾਰ ਕਿਸਾਨੀ ਮਸਲਿਆਂ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਹੈ ਪਰ ਮੋਦੀ ਸਰਕਾਰ ਹੈ ਜਿਹੜੀ ਨੇ ਕਿਸਾਨਾਂ ਨਾਲ ਬੈਠ ਕੇ ਇਸ ਸੰਬੰਧ ਦੇ ਵਿੱਚ ਗੱਲ ਕਰੇ ਜਦੋਂ ਪੂਰਾ ਦੇਸ਼ ਦਾ ਕਿਸਾਨ ਨਹੀਂ ਟੋਟਲ ਲੋਕ ਇਸ ਕਾਨੂੰਨ ਨੂੰ ਚਾਹੁੰਦੇ ਨਹੀਂ ਰੱਦ ਕਰਾਉਣਾ ਚਾਹੁੰਦੇ ਨੇ ਤਾਂ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਤੇ ਇਹ ਰੱਦ ਕਰ ਦੇਣੇ ਚਾਹੀਦੇ ਨੇ। ਇਹ ਕਰਨ ਦੀ ਬਜਾਏ ਇਹ ਗੱਲ ਨੂੰ ਸਮਝਣ ਦੀ ਬਜਾਏ ਉਲਟਾ ਜਿਹੜਾ ਮੋਦੀ ਸਰਕਾਰ ਹੈ ਉਹਦੇ ਜਿਹੜੇ ਨੁਮਾਇੰਦੇ ਨੇ ਉਹ ਪੁੱਠੀਆਂ ਸਿੱਧੀਆਂ ਮਤਲਬ ਰੋਜ਼ਾਨਾ ਬਿਆਨ ਸਟੇਟਮੈਂਟਾਂ ਦੇ ਕੇ ਮਤਲਬ ਪੂਰੇ ਦੇਸ਼ ਦਾ ਜਿਹੜਾ ਆਮ ਮੁਲਕਾਂ ਦੇ ਵਿੱਚ ਵੀ ਜਨਾਜ਼ਾ ਕੱਢਣ 'ਤੇ ਲੱਗੇ ਹੋਏ ਨੇ ਪਰ ਅਸੀਂ ਸਾਡੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਲੜ ਰਹੀਆਂ ਨੇ ਉਹਨਾਂ ਦੇ ਸੱਦੇ ਤਹਿਤ ਅੱਜ ਪੂਰੇ ਦੇਸ਼ ਦੇ ਵਿੱਚ ਕਿਸਾਨਾਂ ਦੇ ਘਰ ਦੁਪਹਿਰ ਦਾ ਖਾਣਾ ਨਹੀਂ ਬਣੂਗਾ ਉਹ ਨਹੀਂ ਖਾਣਗੇ। ਉਸੇ ਤਹਿਤ ਜਿਹੜੀ ਉਹ ਭੁੱਖ ਹੜਤਾਲ ਚੱਲ ਰਹੀ ਹੈ ਉਸੇ ਲੜੀ ਵਜੋਂ ਅਸੀਂ ਮਾਨਸਾ ਦੇ ਵਿੱਚ ਸਵੇਰ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਸਾਰੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਵਰਕਰ ਅਤੇ ਆਗੂ ਅਸੀਂ ਅੱਜ ਭੁੱਖ ਹੜਤਾਲ 'ਤੇ ਬੈਠ ਕੇ ਮੋਦੀ ਸਰਕਾਰ ਨੂੰ ਇਹੀ ਅਪੀਲ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਉਹ ਜਿਹੜੇ ਕਾਲੇ ਕਾਨੂੰਨ ਨੇ ਇਹਨਾਂ ਨੂੰ ਬਿਨਾਂ ਕਿਸੇ ਮਤਲਬ ਸ਼ਰਤ ਤੋਂ ਰੱਦ ਕਰੇ। ਇਸ ਦੇ ਵਿੱਚ ਇਕੱਲੇ ਕਿਸਾਨਾਂ ਦਾ ਨਹੀਂ ਪੂਰੇ ਦੇਸ਼ ਦਾ ਭਲਾ ਹੈ। मानसा में भूख हड़ताल पर 5 किसान बैठे हुए हैं। आज दोपहर का खाना नहीं खाएंगे किसान। शाम 5 बजे तक इनकी तरफ से भूख हड़ताल की जाएगी और लगातार जो अलग अलग संगठन हैं और किसान हैं जो किसानों के आंदोलन के समर्थन में आए हैं। आज किसान दिवस मनाया जा रहा है और इस मौके पर किसानों की तरफ से अपील की गई थी कि लोग अपने घरों में एक वक्त का खाना ना बनाए, किसानों के आंदोलन को समर्थन दे ताकि लोगों में ये संदेश जाए कि जो देश का अन्नदाता है, जो लोगों का पेट भरता है, आज वो किसान आंदोलन के जो कृषि कानून है उनके विरोध में किसान आंदोलन पर बैठे हैं और अपनी जो रसोई में एक वक्त का खाना नहीं बना रहे, अपना खाना नहीं खा रहे हैं अन्नदाता, ये संदेश उनकी तरफ से लोगों को दिया जाएगा। और साथ ही साथ बाकी लोगों से भी उन्होंने अपील की है कि एक वक्त का खाना वो ना बनाएं, अपने घर में ना खाएं। मानसा की बात की जाए तो मानसा में 5 किसान भूख हड़ताल पर बैठे हैं।